ਸੋ ਮੈਂ ਬੇਨਤੀ ਕਰਾਂਗਾ ਸਰਦਾਰ ਰਤਿੰਦਰਪਾਲ ਸਿੰਘ ਨੂੰ ਕਿ ਉਹ ਨਾਨਕਸ਼ਾਹੀ ਸਿੱਕੇ ਨੂੰ ਜਾਰੀ ਕਰਨ ਤੋਂ ਪਹਿਲਾਂ ਨਾਨਕਸ਼ਾਹੀ ਸਿੱਕੇ ਨੂੰ ਤਿਆਰ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ ਸੀਗੀ, ਇੱਕ ਪੂਰਾ ਯਤਨ ਰਿਹਾ ਉਹਨਾਂ ਦਾ, ਉਸ ਬਾਰੇ ਆਪ ਸਭ ਸਿੱਖ ਸੰਗਤਾਂ ਨੂੰ ਜਾਣੂ ਕਰਵਾਉਣ, ਤਾਂ ਕਿ ਅਸੀਂ ਸਾਰੇ ਉਹਨਾਂ ਦੇ ਹਵਾਲੇ ਦੇ ਰਾਹੀਂ ਇਸ ਸਿੱਕੇ ਦੀ ਅਹਿਮੀਅਤ ਤੋਂ ਅਤੇ ਇਸ ਦੇ ਦੁਬਾਰਾ ਹੋਂਦ ਵਿੱਚ ਆਉਣ ਦੀ ਜਿਹੜੀ ਮਹੱਤਤਾ ਉਸ ਤੋਂ ਜਾਣੂ ਹੋ ਸਕੀਏ। ਮੈਂ ਬੇਨਤੀ ਕਰਾਂਗਾ ਸਰਦਾਰ ਰਤਿੰਦਰਪਾਲ ਸਿੰਘ ਜੀ, ਖਾਲਿਸਤਾਨ ਦੀ ਸਾਬਕਾ MP ਪਟਿਆਲਾ। ਸਤਿਕਾਰਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਜੇ ਗੁਰਪੰਥ ਮਹਾਰਾਜ ਜੀਓ, ਆਓ ਸਤਿਗੁਰੂ ਨੂੰ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਸ਼ਾਹੀ ਟਰੱਸਟ ਇੱਕ ਸੁਪਨਾ ਲੈ ਕੇ ਤੁਰੀ ਹੋਈ ਹੈ ਕਿ ਇਹ ਸਥਾਨ ਤੋਂ, ਟੈਂਠਲ ਤੋਂ ਜਿੱਥੇ ਅਸੀਂ ਬੈਠੇ ਹਾਂ, 8 ਸਾਲ ਪਹਿਲਾਂ 5 ਸਿੰਘ ਸਾਹਿਬਾਨਾਂ ਨੇ ਆ ਕੇ ਨੀਂਹ ਪੱਥਰ ਰੱਖਿਆ ਸੀ। ਜਥੇਦਾਰ ਵੈਦਾਂਤੀ ਸਾਹਿਬ, ਜਥੇਦਾਰ ਕੇਸਗੜ੍ਹ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਮੁਖੀ ਵੈਦਾਂਤੀ ਸਾਹਿਬ, ਜਥੇਦਾਰ ਕੇਸਗੜ੍ਹ ਸਾਹਿਬ, ਜਥੇਦਾਰ ਦਮਦਮਾ ਸਾਹਿਬ ਅਤੇ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਦਮਦਮੀ ਟਕਸਾਲ ਦੇ ਗਿਆਨੀ ਰਾਮ ਸਿੰਘ ਜੀ, ਉਹਨਾਂ ਨੇ 8 ਸਾਲ ਪਹਿਲਾਂ ਇੱਥੇ ਟੱਕ ਲਾਇਆ ਸੀ। ਗੁਰਮੇਜ ਸਿੰਘ ਬੈਠੇ ਨੇ ਉਦੋਂ ਤੋਂ ਨਾਲ ਨਗਰ ਵੱਲੋਂ ਨਿਭ ਰਹੇ ਨੇ। ਸਮੁੱਚੇ ਨਗਰ ਦੀ ਅਸੀਂ ਇੱਕ ਮਨਜ਼ੂਰੀ ਲਈ ਸੀ, ਇੱਕ ਰਜਿਸਟਰ ਲਗਾਇਆ ਸੀ। ਰਜਿਸਟਰ ਲਗਾ ਕੇ ਸਰਦਾਰ ਗੁਰਮੇਜ ਸਿੰਘ ਜੀ, ਸਰਦਾਰ ਜਗਦੀਪ ਸਿੰਘ ਜੀ ਅਤੇ ਹੋਰ ਸਾਥੀ ਘਰ ਘਰ ਗਏ ਸੀ ਕਿ ਬਈ ਕੀ ਤੁਹਾਨੂੰ ਮਨਜ਼ੂਰ ਹੈ ਕਿ ਟੈਂਠਲ ਪਿੰਡ 'ਚ ਇੱਕ ਅਜਿਹਾ ਸਥਾਨ ਬਣਾਇਆ ਜਾਏ ਜਿਹੜਾ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਹੋਏ, ਕਿਸੇ ਸੰਤ ਨੂੰ ਨਹੀਂ, ਕਿਸੇ ਸਾਧ ਨੂੰ ਨਹੀਂ, ਕਿਸੇ ਡੇਰੇ ਨੂੰ ਨਹੀਂ, ਕਿਸੇ ਵਿਅਕਤੀਗਤ ਵਿਚਾਰਧਾਰਾ ਨੂੰ ਨਹੀਂ। ਸਮੁੱਚੇ ਪਿੰਡ ਨੇ, ਬੜੀ ਸਾਨੂੰ ਮਾਣ ਅਤੇ ਸਤਿਕਾਰ ਵਾਲੀ ਗੱਲ ਹੈ ਕਿ ਪਿੰਡ ਦਾ ਕੋਈ ਇੱਕ ਨਗਰ ਦਾ ਘਰ ਐਸਾ ਨਹੀਂ ਸੀ ਜਿਹਨੇ ਸਾਨੂੰ ਪ੍ਰਵਾਨਗੀ ਨਾ ਦਿੱਤੀ ਹੋਏ। ਉਹ ਰਜਿਸਟਰ ਵੀ ਸਾਡੇ ਕੋਲ ਪਿਆ, ਅਸੀਂ ਉਹਨੂੰ ਆਪਣੀ ਅਮਾਨਤ ਦੇ ਤੌਰ 'ਤੇ ਆਪਣੇ ਕੋਲ ਰੱਖਿਆ ਹੋਇਆ ਹੈ। ਉਸ ਤੋਂ ਬਾਅਦ ਇੱਕ ਸੁਪਨਾ ਸੀ ਕਿ ਬਈ ਇਸ ਸਥਾਨ ਨੂੰ ਖੜ੍ਹਾ ਕੀਤਾ ਜਾਏ ਅਤੇ ਇਹ ਸਥਾਨ ਇੱਕ ਸਿੱਖ ਯੂਨੀਵਰਸਿਟੀ ਦੇ ਤੌਰ 'ਤੇ ਕੌਮ ਵਿੱਚ ਕੰਮ ਕਰੇ। ਅੱਜ ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ ਅਤੇ ਗੁਰਪੰਥ ਖਾਲਸੇ ਦੇ ਸਹਿਯੋਗ ਸਦਕਾ ਜੀਵਨ ਵਿੱਚ ਜਿਹੜੇ ਨਾਲ ਵਿਚਰੇ ਸਾਥੀ ਉਹਨਾਂ ਦੀ ਮਾਇਆ ਸਦਕਾ, ਮੈਂ ਬੜਾ ਸਪਸ਼ਟ ਕਹਿ ਰਿਹਾ ਤੁਹਾਨੂੰ, ਅਸੀਂ ਇਸ ਸਥਾਨ 'ਤੇ ਇਹ ਨਿਰਮਾਣ ਕਰਨ ਵਿੱਚ ਕਾਮਯਾਬ ਹੋਏ ਹਾਂ। ਇੱਕ ਵਿਸਾਖ ਨੂੰ ਗੁਰੂ ਪਾਤਸ਼ਾਹੀਆਂ ਨੇ ਹੀ ਗੋਇੰਦਵਾਲ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਆਰੰਭ ਕੀਤਾ ਅਤੇ 10 ਪਾਤਸ਼ਾਹੀਆਂ ਹੀ ਸਿਰਫ ਇੱਕੋ ਦਿਹਾੜਾ ਇੱਕੋ ਪੁਰਬ ਮਨਾਉਣਾ ਆਰੰਭ ਕੀਤਾ ਗਿਆ ਗੁਰੂ ਪਾਤਸ਼ਾਹੀਆਂ ਵੱਲੋਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਨਾਨਕ ਸ਼ਾਹੀ ਸਿੱਖੀ ਦੀ ਐਵੋਲੂਸ਼ਨ ਕ੍ਰਮਗਤ ਵਿਕਾਸ ਨੂੰ ਸਿੱਕੇਬੰਦ ਮੋਹਰਬੰਦ ਕਰ ਦਿੱਤਾ। ਇੱਕ ਵਿਸਾਖ 1699 ਇਹ ਵਿਸਾਖ ਤੋਂ ਵਿਸਾਖ ਤੱਕ ਦਾ ਸਿੱਖ ਸਭਿਅਤਾ ਦਾ ਸੀਲਬੰਦ ਨਾਨਕ ਸ਼ਾਹੀ ਪ੍ਰਗਟਾਵਾ।
ਇਹ ਨਾਨਕ ਸ਼ਾਹੀ ਪ੍ਰਗਟਾਵੇ ਦੀ ਨਾਨਕ ਸ਼ਾਹੀ ਸਿੱਖੀ ਸਭਿਅਤਾ ਹੈ। ਇਸ ਨਾਨਕ ਸ਼ਾਹੀ ਸਿੱਖੀ ਸਭਿਅਤਾ ਦੀ ਸਿਵਲਾਈਜੇਸ਼ਨ ਦੀ ਆਪਣਾ ਮਾਣ ਮੱਤਾ ਇਤਿਹਾਸ ਰਹੁ ਰੀਤਾਂ ਆਚਰਣ ਅਤੇ ਮਰਿਆਦਾ ਹੈ ਜਿਹੜੀ ਸਾਡੇ ਤੋਂ ਖੋਈ ਗਈ ਹੈ। ਇਹ ਵਿਸਾਖ ਤੋਂ ਵਿਸਾਖ ਤੱਕ ਦਾ ਸਫ਼ਰ ਹੈ ਅਤੇ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਵਿਸਾਖ ਵਿੱਚ ਨਾ ਹਮ ਹਿੰਦੂ ਨਾ ਮੁਸਲਮਾਨ ਦਾ ਐਲਾਨ ਕਰਨ ਵਾਲਾ ਉਹ ਰੱਬ ਰੂਪ ਸਤਿਗੁਰ ਗੁਰੂ ਨਾਨਕ ਪ੍ਰਗਟਦਾ ਹੈ, ਮਿੱਟੀ ਧੁੰਦ ਜਗ ਚਾਨਣ ਹੁੰਦਾ ਹੈ। ਇਹ ਚਾਨਣ ਸਿੱਖ ਸਭਿਅਤਾ ਦਾ ਹੀ ਹੈ, ਇਹ ਗੁਰਬਾਣੀ ਦਾ ਹੈ, ਗੁਰਮਤ ਦਾ ਹੈ। ਜਿਹੜੀ ਸੀਲਬੰਦ ਸਿੰਘਾਸਨ 'ਤੇ ਬੈਠੀ ਸਿੱਖੀ ਉਹ ਹੈ 1 ਵਿਸਾਖ 1699। ਅਤੇ ਇੱਕ ਗੱਲ ਨੂੰ ਸਮਝ ਲਓ ਜਿਹੜੀ ਅਸੀਂ ਲੈ ਕੇ ਇੱਥੋਂ ਤੁਰਨੀ ਹੈ ਕਿ ਸਿੱਖੀ ਸਿੰਘ ਬਣ ਕੇ ਸਿੰਘਾਸਨ 'ਤੇ ਵਿਰਾਜਮਾਨ ਹੁੰਦੀ ਹੈ। ਸਿੰਘਾਸਨ 'ਤੇ ਕੌਣ ਬੈਠਦਾ? ਪਾਤਸ਼ਾਹ। ਗੱਲ ਨੂੰ ਸਮਝਿਆ ਜਾਏ ਥੋੜ੍ਹੀ ਜਿਹੀ, ਅਤੇ ਸਿੱਖ ਤੋਂ ਸਿੰਘ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੰਥ ਨੂੰ ਪਾਤਸ਼ਾਹ ਬਣਾਇਆ। ਸਿੰਘ ਨੂੰ ਸ਼ੇਰ ਨਾ ਕਿਹਾ ਕਰੋ, ਬਿਲਕੁਲ ਵੀ ਨਹੀਂ। ਇਹਦਾ ਮਤਲਬ ਕੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਮਨੁੱਖ ਨੂੰ ਸਿੱਖ ਬਣਾਇਆ ਅਤੇ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਉਹਨੂੰ ਜਾਨਵਰ ਚੂਨੀ 'ਚ ਪਾ ਦਿੱਤਾ। ਇਹ ਸਾਡੇ ਵਿੱਚ ਮਨੋਬਿਰਤਕ ਤੌਰ 'ਤੇ ਹੋਏ ਅਟੈਕ ਨੇ ਜਿਹੜੇ ਅਸੀਂ ਦੂਰ ਨਹੀਂ ਕਰ ਸਕੇ। ਸਾਡੇ ਕੋਲ ਕੋਈ ਆਪਣਾ ਸ਼ਬਦ ਕੋਸ਼ ਨਹੀਂ ਹੈਗਾ, ਸਾਡੇ ਕੋਲ ਕੋਈ ਆਪਣਾ ਸ਼ਾਬਦਿਕ ਵਿਆਖਿਆ ਕੋਸ਼ ਨਹੀਂ ਹੈਗਾ, ਪਰਿਭਾਸ਼ਕ ਕੋਸ਼ ਨਹੀਂ ਹੈਗਾ ਜਿਹੜਾ ਗੁਰਬਾਣੀ ਅਨੁਸਾਰ ਗੁਰਬਾਣੀ ਦੀ ਵਿਆਖਿਆ ਕਰ ਸਕੇ। ਇਸ ਸੰਸਥਾਨ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਗੁਰਬਾਣੀ ਦੀ ਵਿਆਖਿਆ ਵੀ ਆਰੰਭ ਕਰਾਉਣੀ ਹੈ। ਇਤਿਹਾਸ ਜਿੰਨਾ ਮੇਲ ਗੋਭਾ ਹੈ ਉਹਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੈ ਪ੍ਰਮਾਣ ਦੇ ਕੇ, ਜਿਵੇਂ ਮੈਂ ਤੁਹਾਨੂੰ ਹੁਣ ਕਿਹਾ। ਸਿੱਖ ਦਾ ਮਤਲਬ ਠੀਕ ਹੈ, ਕਹਿੰਦੇ ਨੇ ਪੂਰੀ ਉਮਰ ਸਿੱਖਣਾ ਉਹ ਇੱਕ ਮਨੁੱਖ ਦਾ ਫਰਜ਼ ਹੈ ਅਤੇ ਪੂਰੀ ਉਮਰ ਸਿੱਖਣਾ, ਪਰ ਮੇਰਾ ਗੁਰੂ ਤਾਂ ਕਹਿੰਦਾ ਜੇ ਗੁਰੂ ਦੇ ਲੜ ਲੱਗ ਗਏ ਤੁਸੀਂ ਸੰਪੂਰਨ ਹੋ ਗਏ। ਅਤੇ ਜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਮੜੀਆਂ ਵਿੱਚ ਜਾਣ ਵੇਲੇ ਤੱਕ ਸੰਪੂਰਨ ਹੀ ਨਾ ਹੋਇਆ ਫਿਰ ਤਾਂ ਉਹ ਡਿਸੇਬਲ ਹੋ ਗਿਆ, ਮਤਲਬ ਅਸੀਂ ਡਿਸੇਬਿਲਿਟੀ ਪੈਦਾ ਕਰ ਰਹੇ ਹਾਂ। 3 ਸਾਲ ਬੱਚਾ ਇੱਕ ਸਕੂਲ ਵਿੱਚ ਫੇਲ ਹੋ ਜਾਏ ਮਾਂ ਪਿਓ ਦੇ ਹਵਾਲੇ ਕਰ ਦਿੱਤਾ ਜਾਂਦਾ, ਉਹਦਾ ਇਲਾਜ ਕਰਾਓ, ਅਸੀਂ ਨਹੀਂ ਸਕੂਲ ਵਿੱਚ ਰੱਖ ਸਕਦੇ। 7 ਸਾਲ ਕੁੱਲ ਲੈਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਕੂਲ ਵਿੱਚ ਦਾਖਲ ਰਹੇ ਅਤੇ 7 ਸਾਲ ਬਾਅਦ ਗੁਰੂ ਬਣ ਗਏ। ਗੁਰੂ ਗ੍ਰੰਥ ਸਾਹਿਬ ਜੀ ਨੇ ਸਿੱਖ ਦੀ ਵਿਆਖਿਆ, ਸਿੱਖ ਦੀ ਪਰਿਭਾਸ਼ਾ, ਸਿੱਖ ਦਾ ਆਚਰਣ ਅਤੇ ਸਿੱਖ ਕਿੰਨੀ ਦੇਰ ਵਿੱਚ ਬਣ ਜਾਣਾ ਪ੍ਰਭਾਸ਼ਿਤ ਕਰ ਦਿੰਦਾ। ਅੰਕ 444 'ਤੇ ਗੁਰੂ ਸਿੱਖ, ਇਹ 5 ਅੱਖਰ ਆਪਣੇ ਮਸਤਿਸ਼ਕ ਅਤੇ ਹਿਰਦਾ ਵਿੱਚ ਖੁਰਚ ਕੇ ਉੱਕਰ ਲਓ, ਜਿਵੇਂ ਨੌਜਵਾਨ ਉੱਕਰਦੇ ਨੇ ਨਾ ਦਰੱਖਤਾਂ 'ਤੇ ਜਾ ਕੇ ਲਵ ਦਾ ਨਿਸ਼ਾਨ ਬਣਾ ਕੇ ਨਾਂ ਲਿਖਾਉਂਦੇ ਨੇ, ਤੁਸੀਂ ਆਪਣੇ ਗੁਰੂ ਦੇ ਅੱਖਰ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਵਾਸਤੇ ਆਪਣੇ ਹਿਰਦਿਆਂ 'ਤੇ ਉੱਕਰੋ ਛੁਰੀ ਨਾਲ, ਤਾਂ ਤੁਹਾਡੇ ਢਿੱਡ 'ਚੋਂ ਬਾਹਮਣ ਬਾਹਰ ਨਿਕਲੇਗਾ। ਜੀ ਕੀ ਕਿਹਾ ਗੁਰੂ ਨੇ? ਗੁਰੂ ਸਿੱਖ, ਗੁਰੂ ਨਾਨਕ, ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। 5 ਅੱਖਰ ਨੇ ਗੁਰੂ ਸਿੱਖ
ਸਿੱਖ ਗੁਰੂ ਦਾ। ਗੁਰੂ ਨਾਨਕ ਸੀ, ਗੁਰ ਅੰਗਦ ਪਾਤਸ਼ਾਹ ਜੀ ਸਿੱਖ ਬਣੇ, ਉਹ ਗੁਰੂ ਗੁਰੂ ਬਣੇ, ਗੁਰਿਆਈ ਮਿਲੀ ਜਿਉਂਦੇ ਜੀ, ਗੁਰਿਆਈ ਦਿੱਤੀ ਗੁਰੂ ਨਾਨਕ ਨੇ। ਇਹ ਗੱਲਾਂ ਸਮਝਣ ਵਾਲੀਆਂ ਨੇ ਵਿਸਾਖ ਤੋਂ ਵਿਸਾਖ ਦੀਆਂ। ਜਿਉਂਦੇ ਜੀ ਗੁਰਿਆਈ ਦਿੱਤੀ, ਆਪ ਹਾਲੀਕਾ ਸ਼ਾਮੀ ਕੀਤੀ, ਕਿਸਾਨ ਜਥੇਬੰਦੀਆਂ ਬੈਠੀਆਂ ਨੇ, ਇਹਨਾਂ ਦੇ ਮੋਢੀ ਨੇ ਗੁਰੂ ਨਾਨਕ। ਗੁਰੂ ਇੱਕੋ ਇੱਕ ਵਿਸ਼ਵ ਦਾ ਗੁਰੂ ਹੈ ਜਿਹੜਾ ਕਿਰਸਾਨ ਸੀ। ਅਸੀਂ ਸਮਝ ਹੀ ਨਹੀਂ ਸਕੇ ਆਪਣੀ ਗੱਲ, ਅਸੀਂ ਸਮਝਾ ਨਹੀਂ ਸਕੇ ਆਪਣੀ ਗੱਲ। ਅਸੀਂ ਲੋਕਾਂ ਤੱਕ ਕਰ ਹੀ, ਅਸੀਂ ਡਰਦੇ ਹਾਂ, ਪਤਾ ਨਹੀਂ ਕਿਉਂ ਡਰੀ ਜਾਂਦੇ ਹਾਂ ਅਸਲ ਗੱਲਾਂ ਕਰਨ ਤੋਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਸਾਨੀ ਕੀਤੀ, ਭਾਈ ਲਹਿਣਾ ਜੀ ਨੂੰ ਗੁਰਿਆਈ ਦਿੱਤੀ, ਸਿੱਖ ਗੁਰੂ ਬਣ ਗਿਆ। ਗੁਰੂ ਮੱਥਾ ਟੇਕ ਕੇ ਗੁਰੂ ਭਾਈ ਆਪਣੇ ਸਿੱਖ ਦਾ ਗੁਰੂ ਬਣਾ ਕੇ ਸਿੱਖ ਬਣ ਗਿਆ। ਇਹ ਜੇ ਪਰੇ ਪੂਰਨਤਾ, ਇੱਥੋਂ ਜੇ ਵਿਸਾਖ ਦਾ ਸਿੱਖ ਸੱਭਿਆਚਾਰ ਦਾ ਆਰੰਭ, ਸਿੱਖ ਸਿਵਿਲਾਈਜੇਸ਼ਨ ਦਾ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ। ਬੜੀ ਸਿੱਧੀ ਗੱਲ ਹੈ, ਪਤਾ ਨਹੀਂ ਸਾਡੇ ਵਿਆਖਿਆਕਾਰ ਕਿਉਂ ਨਹੀਂ ਸਮਝਾਉਂਦੇ। ਇਹ ਵਿਆਖਿਆ ਕਰਨ ਦਾ ਅਸੀਂ ਬੰਦੋਬਸਤ ਕੀਤਾ, ਪਿੱਛੇ ਸਰਦਾਰ ਓਮਕਾਰ ਸਿੰਘ ਜੀ ਬੈਠੇ ਨੇ, ਉਹਨਾਂ ਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਹੈ ਟਰੱਸਟ ਵੱਲੋਂ ਕਿ ਉਹ ਗੁਰਬਾਣੀ ਰਾਹੀਂ ਗੁਰਬਾਣੀ ਦੀ ਵਿਆਖਿਆ ਨੂੰ ਪੇਸ਼ ਕਰਨ। ਮੈਂ ਤੂੰ ਕੀ ਜਾਣਦੇ ਹਾਂ, ਸਭ ਭੁੱਲ ਜਾਓ, ਪੜ੍ਹਨਾ ਹੀ ਨਹੀਂ, ਗੁਰੂ ਨੂੰ ਪੜ੍ਹੀਏ। ਅਤੇ ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਵਿਸਾਖੀ 'ਚ ਕੀਤਾ, ਖੰਡੇ ਬਾਟੇ ਦੀ ਕੋਲ ਚੁਕਾਈ, ਅੰਮ੍ਰਿਤ ਚੁਕਾਇਆ, ਅਤੇ ਗੁਰੂ ਕੀ ਬਣਿਆ? ਚੇਲਾ। ਪੰਥ ਨੂੰ ਕੀ ਬਣਾਇਆ? ਗੁਰੂ। ਗੁਰੂ ਸਿੱਖ, ਸਿੱਖ ਗੁਰੂ ਦਾ ਸੰਪੂਰਨ ਤਾਂ ਹੋਈ ਹੈ ਇੱਕ ਵਿਸਾਖ 1469 ਤੋਂ, ਇੱਕ ਵਿਸਾਖ 1699 ਤੱਕ। ਇਸ ਵਿੱਚ ਕੋਈ ਮੈਂ ਨਹੀਂ ਹੈਗੀ, ਇਸ ਵਿੱਚ ਕੋਈ ਧੜਾ ਨਹੀਂ ਹੈਗਾ, ਇਸ ਵਿੱਚ ਕੋਈ ਹੋਰ ਸੰਸਥਾ ਨਹੀਂ ਹੈਗੀ, ਇਸ ਵਿੱਚ ਕੋਈ ਈਗੋ ਨਹੀਂ ਹੈਗੀ, ਇਸ ਵਿੱਚ ਕੋਈ ਵੀ ਵਿਅਕਤੀ ਨਹੀਂ ਹੈਗਾ, ਵਿਅਕਤੀ ਪ੍ਰਮੁੱਖ ਨਹੀਂ ਹੈਗਾ, ਸਿਰਫ ਗੁਰੂ ਹੈਗਾ। ਗੁਰੂ ਦੀ ਸਿੱਖ ਰਹਿਤ ਮਰਿਆਦਾ ਹੈਗੀ, ਗੁਰੂ ਦਾ ਹੁਕਮ ਹੈਗਾ। 1469 ਤੋਂ 1716 ਤੱਕ ਦਾ ਸਿੱਖ ਦੀ ਪਾਤਸ਼ਾਹੀ ਦਾ ਆਚਰਣ ਹੈਗਾ, ਅਸੀਂ ਉਸੇ ਤੋਂ ਸੇਧ ਲੈਣੀ ਹੈ। ਬਾਕੀ ਸੰਸਥਾਵਾਂ ਵਿੱਚ ਬਹੁਤ ਕੁਛ ਡੀਪ ਸਟੇਟ ਆ ਗਈ ਜੇ, ਇਹ ਸਥਾਨ ਅਸੀਂ ਸਮੁੱਚੇ ਇਸ ਪੰਥ ਨੂੰ ਜਿਹੜੇ 1469 ਤੋਂ ਲੈ ਕੇ 1716 ਤੱਕ ਦੀ ਸਿੱਖੀ ਦੇ ਆਚਰਣ ਨੂੰ ਜੀ ਕੇ ਮੁੜ ਪੰਥ ਨੂੰ ਸੁਰਜੀਤ ਕਰਨਾ ਚਾਹੁੰਦੇ ਨੇ, ਉਹਨਾਂ ਦੇ ਚਰਨਾਂ 'ਚ ਅਸੀਂ ਇਹ ਸਥਾਨ ਬਿਨਾਂ ਕਿਸੇ ਮੈਂ ਤੋਂ, ਬਿਨਾਂ ਕਿਸੇ ਈਗੋ ਤੋਂ, ਬਿਨਾਂ ਕਿਸੇ ਵਿਰੋਧ ਤੋਂ, ਬਿਨਾਂ ਕਿਸੇ ਨਾਲ ਵੀ ਮਤਭੇਦ ਤੋਂ ਅਰਪਿਤ ਕਰ ਰਹੇ ਹਾਂ। ਮੇਰੇ ਪੁਰਾਣੇ ਸਾਥੀ ਬੈਠੇ ਨੇ, ਸਰਬਜੀਤ ਸਿੰਘ ਸੋਲ ਹੇਠਾਂ ਡਾਕਟਰ ਭਗਵਾਨ ਸਿੰਘ ਜੀ ਨੇ, ਕਿਸਾਨ ਯੂਨੀਅਨ ਵਾਲੇ ਆਏ ਹੋਏ ਨੇ, ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲੇ ਆਏ ਹੋਏ ਨੇ, ਮਿਸ਼ਨਰੀ ਵੀ ਬਾਹਰ ਬੈਠੇ ਨੇ, ਉਹ ਵੀ ਆਏ ਨੇ, ਹੋਰ ਬਹੁਤ ਸਾਰੇ ਗੁਰਸਿੱਖ ਆਏ ਨੇ ਸਾਰਿਆਂ ਨੂੰ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਚਾਰਕ ਵੀ ਆਏ ਨੇ ਅਤੇ ਕਥਾਵਾਚਕ ਵੀ ਆਏ ਨੇ, ਉਹ ਦੇਖਣ ਆਏ ਨੇ ਕਿ ਵੀ ਹੋਣਾ ਕੀ ਹੈ ਇੱਥੇ। ਅਤੇ ਮੇਰੀ ਸਭ ਨੂੰ ਇੱਕ ਬੇਨਤੀ ਜੇ ਕਿ ਇਹ ਸਥਾਨ, ਇਸ ਦੇ ਹੇਠਾਂ ਜਿਹੜਾ ਦੀਵਾਨ ਸਥਾਨ ਹੈ, ਸਭਾ, ਗੁਰਸਿੱਖ ਬੈਠੋ ਸਭਾ ਬਖਸ਼ਾਏ,
ਉਹ ਹੇਠਾਂ ਅਸੀਂ ਬਣਾ ਰਹੇ ਹਾਂ। ਪਰਮਿੰਦਰ ਸਿੰਘ ਸ਼ੌਂਕੀ ਤਾਂ ਸਿਰਫ ਇੱਕ ਤੁਹਾਡਾ ਸੇਵਾਦਾਰ ਹੋਏਗਾ। ਅਸੀਂ ਲਗਾਤਾਰ ਸੰਵਾਦ ਕਰਾਂਗੇ, ਸਿੱਖੀ 'ਤੇ ਸੰਵਾਦ ਕਰਾਂਗੇ, ਸੈਮੀਨਾਰ ਕਰਾਂਗੇ। ਸੈਮੀਨਾਰ ਵਿੱਚ ਬੋਲਣ ਦਾ ਹੱਕ ਸਿਰਫ ਉਸ ਨੂੰ ਦਾਂਗੇ ਜਿਹੜਾ ਪੇਪਰ ਲਿਖਤ ਰੂਪ ਹੀ ਸਬਮਿਟ ਕਰੇਗਾ। ਉਂਝ ਵਕਤੇ ਨੂੰ ਬੋਲਣ ਦਾ ਹੱਕ ਨਹੀਂ ਦਾਂਗੇ, ਬਿਲਕੁਲ ਵੀ। ਸਖਤੀ ਹੈ ਸਾਡੀ, ਕਿਉਂਕਿ ਕੁਛ ਦਈਏ ਤਾਂ ਸਹੀ ਕੌਮ ਨੂੰ ਅਸੀਂ। ਅਤੇ ਇਹ ਸਾਰਿਆਂ ਲਈ ਦਾਸ ਦਾ ਇੱਕ ਸੁਨੇਹਾ ਲੈ ਕੇ ਜਾਇਆ ਜੇ ਕਿ ਆਓ, ਇੱਕ ਸਥਾਨ ਬਣ ਗਿਆ ਹੈ ਜਿਸ ਸਥਾਨ 'ਤੇ ਆਪਣੀ ਆਪਣੀ ਈਗੋ ਘਰ ਛੱਡ ਕੇ ਆਓ ਅਤੇ ਆਓ ਗੁਰਸਿੱਖੀ ਲਈ ਇਕੱਠੇ ਹੋਈਏ, ਇੱਕ ਦੂਜੇ ਦਾ ਵਿਰੋਧ ਛੱਡੀਏ, ਇੱਕ ਦੂਜੇ ਦਾ ਮਤਾਂਤਰ ਛੱਡੀਏ, ਜਥੇਬੰਦਕ ਈਗੋ ਛੱਡੀਏ, ਸੀਨੀਓਰਟੀ ਛੱਡੀਏ, ਸੇਵਾ ਭਾਵਨਾ ਨਾਲ ਕੌਮ ਨੂੰ ਸੁਰਜੀਤ ਕਰੀਏ। ਅਤੇ ਇਹ ਇੱਕ ਸੰਦੇਸ਼ ਹੈ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ, ਜਿਸ ਸੰਦੇਸ਼ 'ਤੇ ਚੱਲ ਕੇ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਰਾਜਧਾਨੀ ਪ੍ਰਗਟ ਕੀਤੀ ਸਰਹੰਦ ਫਤਿਹ ਕਰਨ ਤੋਂ ਬਾਅਦ। ਪਰ ਲੋਹਗੜ੍ਹ ਰਾਜਧਾਨੀ ਵੀ ਦਾਸ ਨੂੰ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ, ਅਸੀਂ ਉਹ ਅਸਲ ਰਾਜਧਾਨੀ ਦੇ ਖੰਡਰ ਲੱਭੇ। ਪੁਸਤਕ ਹੈਗੀ ਹੈ ਸਰਕਾਰੀ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ, ਜਿਹੜੇ ਲੈਣਾ ਚਾਹੁਣ ਜ਼ਰੂਰ ਲਿਆ ਜੇ। ਜਦੋਂ ਮੈਂ ਉੱਥੇ ਗਿਆ, ਅੱਜ ਤੋਂ ਪਿਛਲੇ 10 ਸਾਲ ਤੋਂ ਅਸੀਂ ਲੱਭ ਰਹੇ ਸੀ, ਅੱਜ ਤੋਂ 4 ਸਾਲ ਪਹਿਲਾਂ ਜਿਸ ਵੇਲੇ ਉਹ ਲੱਭੀ, ਉੱਥੇ ਗਏ ਅਤੇ ਫਿਰ ਉਹ ਖੰਡਰਾਤ ਦੇਖੇ ਅਤੇ ਉੱਥੇ ਟਕਸਾਲ ਦੇਖੀ ਜਿੱਥੇ ਸਿੱਕੇ ਘੜੇ ਜਾਂਦੇ ਸੀ, ਅਤੇ ਫਿਰ ਮਨ ਵਿੱਚ ਵਲਵਲਾ ਉੱਠਿਆ ਕਿ ਸਾਡੀ ਖਾਲਸੇ ਦੀ ਕਰੰਸੀ ਪੂਰੀ ਚਾਂਦੀ ਦੀ ਸੀ, ਕੋਈ ਤਾਂਬਾ ਨਹੀਂ, ਕੋਈ ਪਿੱਤਲ ਨਹੀਂ, ਕੋਈ ਲੋਹਾ ਨਹੀਂ। ਔਰ ਜਿਸ ਵੇਲੇ ਅਧਿਐਨ ਕੀਤਾ, ਬਕਾਇਦਾ ਗਜ਼ਟ ਵਿੱਚ ਮਿਲਦਾ, ਬ੍ਰਿਟਿਸ਼ ਗਜ਼ਟ ਵਿੱਚ ਮਿਲਦਾ ਕਿ ਖਾਲਸੇ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ, ਇਹਦੇ ਨੀਚੇ ਮਹਾਰਾਜਾ ਰਣਜੀਤ ਸਿੰਘ ਦੇ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਦੇ ਇੱਕ ਸਿੱਕੇ ਦੇ ਉਸ ਵੇਲੇ 29 ਪੌਂਡ ਮਿਲਦੇ ਸੀ ਇੱਕ ਸਿੱਕੇ ਦੇ। ਅਤੇ ਅੱਜ ਜਿਹੜਾ ਅਸੀਂ ਤੁਹਾਨੂੰ ਸਿੱਕਾ ਜਾਰੀ ਕਰਕੇ ਦੇ ਰਹੇ ਹਾਂ, ਉਹ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਹੈ। ਬਹੁਤ ਮਿਹਨਤ ਕੀਤੀ ਹੈ, ਇਸ ਲਈ ਪੂਰਾ ਰੈਪਲੀਕਾ ਬਣਾਇਆ। ਉਸਦਾ ਮਤਲਬ ਇਹ ਹੈ ਕਿ ਵਜ਼ਨ ਵੀ ਉਨਾ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਚਾਂਦੀ ਦਾ, ਸ਼ੁੱਧਤਾ ਵੀ ਉਨੀ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਚਾਂਦੀ ਦੀ ਵਰਤੀ, ਸਾਈਜ਼ ਵੀ ਉਨਾ, ਮੋਟਾਈ ਵੀ ਉਨੀ, ਡੈਂਸਿਟੀ ਵੀ ਉਨੀ। ਬਹੁਤ ਔਖਾ ਹੋਇਆ ਬਣਾਉਣਾ ਸਾਨੂੰ। ਸਰਦਾਰ ਸੱਜਣ ਸਿੰਘ ਜੀ ਅਤੇ ਉਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਬੈਠੇ ਨੇ ਇੰਡਸਟਰੀਅਲਿਸਟ। ਅਸੀਂ ਲਗਾਤਾਰ 3 ਮਹੀਨੇ ਲਗਭਗ 7.5 ਲੱਖ ਰੁਪਈਆ ਇਸ ਚੀਜ਼ 'ਤੇ ਖਰਚ ਕੀਤਾ ਕਿ ਹੂਬ ਹੂ ਚੀਜ਼ ਕਿਵੇਂ ਬਣਾ ਸਕਦੇ ਹਾਂ। ਉਹੀ ਡੈਂਸਿਟੀ ਨਹੀਂ ਸੀ ਆਉਂਦੀ। ਅਸੀਂ ਭਾਰਤ ਸਰਕਾਰ ਦੀ ਆਪਣਾ ਟ੍ਰੈਜਰੀ ਤੋਂ ਵੀ ਚਾਂਦੀ ਖਰੀਦੀ, ਸ਼ੁੱਧ 99.9 ਵਾਲੀ GST ਪੇ ਕਰਕੇ ਖਰੀਦੀ। ਬੈਠੇ ਨੇ ਸਰਦਾਰ ਸੱਜਣ ਸਿੰਘ ਜੀ, ਉਹਦੀ ਡੈਂਸਿਟੀ ਨਹੀਂ ਸੀ ਪਾਉਂਦੀ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ੁੱਧ ਚਾਂਦੀ ਦੀ ਡੈਂਸਿਟੀ ਸੀ, ਉਹ ਬਣਦੀ ਨਹੀਂ ਸੀ। ਸਿੱਕਾ ਅਸੀਂ ਜਾਰੀ ਕਰਾਂਗੇ, ਹੇਠਾਂ ਰੱਖਿਆ ਵੀ ਹੈ, ਤੁਸੀਂ ਹੱਥ ਤਿਆਂ ਕਰਕੇ ਦੇਖਿਆ ਜੇ ਤੁਹਾਡਾ ਹੱਥ ਝੁਕੇਗਾ। ਅਤੇ ਉਂਝ ਆਪਣੀ ਚਾਂਦੀ ਜਨਾਨੀਆਂ ਵਰਤਦੀਆਂ ਨੇ, ਪਰਿਵਾਰ ਵਿੱਚ ਹੈਗੀ, ਉਹਨੂੰ ਕਰਕੇ ਦੇਖਿਆ ਜੇ
ਤੁਹਾਨੂੰ ਖੋਖਲੀ ਲੱਗੇਗੀ। ਆਹ ਸੀ ਖਾਲਸੇ ਦੀ ਸ਼ੁੱਧਤਾ। ਅਤੇ ਅੱਜ ਜਿਹੜਾ ਸਿੱਕਾ ਅਸੀਂ ਪੰਥ ਨੂੰ ਸਮਰਪਿਤ ਕਰਨ ਜਾ ਰਹੇ ਹਾਂ, ਇਹ 99.9% ਸ਼ੁੱਧ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿਣ ਲਈ ਸਾਨੂੰ ਮਾਣ ਹੈ। ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੇ। ਇਸ ਸਿੱਕੇ ਨੂੰ ਸਮਰਪਿਤ ਕਰਦੇ ਹਾਂ। ਸਿੱਕੇ ਦੇ ਦੋਨੋਂ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਲਿਖਿਆ ਇਹ ਬੁਕਲੈਟ ਹੈ, ਤੁਸੀਂ ਲੈ ਲਿਆ ਜੇ, ਫਰੀ ਹੈ। ਹੇਠਾਂ ਇੱਕ ਪਾਸੇ ਲਿਖਿਆ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਪਾਤਸ਼ਾਹੀ ਦੀ ਬਖਸ਼ਿਸ਼ ਅਤੇ ਤੇਗ ਨਾਲ ਇਹ ਸਿੱਕਾ ਪ੍ਰਗਟ ਹੋਇਆ। ਦੂਜੇ ਪਾਸੇ ਲਿਖਿਆ ਕਿ ਬ੍ਰਹਿਮੰਡ ਦੀ ਸ਼ਾਂਤੀ ਸਥਾਪਨਾ ਵਾਲੀ ਰਾਜਧਾਨੀ ਤੋਂ ਗੁਰੂ ਨਾਨਕ ਦੀ ਕਿਰਪਾ ਨਾਲ ਇਹ ਸਿੱਕਾ ਜਾਰੀ ਕੀਤਾ ਜਾ ਰਿਹਾ। ਮਤਲਬ ਕੀ ਹੈ ਕਿ ਖਾਲਸੇ ਦਾ ਪਹਿਲਾ ਰਾਜ ਜਿਹੜਾ ਸੀ ਉਹ ਬ੍ਰਹਿਮੰਡ 'ਚ ਸ਼ਾਂਤੀ ਸਥਾਪਨਾ ਲਈ ਸੀ। ਇਸ ਤੋਂ ਵੱਡਾ ਦਾਅਵਾ ਕਦੇ ਹੋ ਹੀ ਨਹੀਂ ਜੇ ਸਕਦਾ, ਕਿਸੇ ਨੇ ਕੀਤਾ ਆਪਣੀ ਕਰੰਸੀ 'ਤੇ ਇਸ ਤੋਂ ਵੱਡਾ ਦਾਅਵਾ। ਇਹ ਦਾਅਵਾ ਅੱਜ ਅਸੀਂ ਪ੍ਰਗਟ ਕਰ ਰਹੇ ਹਾਂ। ਇਸ ਦਾਅਵੇ ਦੀ ਪਰੰਪਰਾ ਨੂੰ ਲੈ ਕੇ ਨਾਨਕਸ਼ਾਹੀ ਟਰੱਸਟ ਚੱਲੇਗਾ ਅਤੇ ਆਪ ਸਾਰਿਆਂ ਨੇ ਆਪਣੇ ਚਰਨ ਪਾ ਕੇ ਜੋ ਸਾਨੂੰ ਪਵਿੱਤਰ ਕੀਤਾ ਹੈ ਉਸ ਲਈ ਤੁਹਾਡੇ ਸਾਰਿਆਂ ਦਾ ਤਹੇ ਦਿਲ ਤੋਂ ਧੰਨਵਾਦੀ ਹਾਂ, ਰਿਣੀ ਹਾਂ, ਤਾਂ ਉਮਰ ਰਿਣੀ ਰਹਾਂਗਾ ਕਿ ਅਕਾਲ ਪੁਰਖ ਸਾਡੇ ਤੋਂ ਕੁਛ ਕਰਵਾ ਰਿਹਾ। ਇਹ ਕਿਰਪਾ ਤੁਹਾਡੇ ਸਾਰੇ ਖਾਲਸੇ ਦੀ ਬਖਸ਼ਿਸ਼ ਕਰਕੇ ਆ, ਨਹੀਂ ਤਾਂ ਸਾਨੂੰ ਕੌਣ ਪੁੱਛਦਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਸਾਡੀ ਤਾਂ ਕੋਈ ਔਕਾਤ ਨਹੀਂ ਹੈ। ਅਤੇ ਬੇਨਤੀ ਇੱਕੋ ਹੈ ਕਿ ਇਸ ਟਰੱਸਟ ਦੇ ਪ੍ਰਬੰਧਕਾਂ 'ਤੇ ਆਪਣਾ ਆਸ਼ੀਰਵਾਦ ਬਣਾ ਕੇ ਰੱਖਿਆ ਜੇ। ਹੁਣ ਅੱਗੋਂ ਅਸੀਂ ਚਾਹੁੰਦੇ ਹਾਂ ਕਾਰ ਸੇਵਾ ਦੇ ਰੂਪ ਹੀ ਸੇਵਾ ਚੱਲੇ। ਜਿਹੜੇ ਵੀ ਨਗਰ, ਜਿਹੜੇ ਵੀ ਸੱਜਣ ਕੋਈ ਲੋਹਾ ਦੇਣਾ ਚਾਹੁੰਦੇ ਹੈ, ਕੋਈ ਸੀਮੈਂਟ ਦੇਣਾ ਚਾਹੁੰਦੇ ਹੈ, ਇੱਟ ਦੇਣਾ ਚਾਹੁੰਦੇ ਹੈ, ਜਿਹੜਾ ਕੋਈ ਵੀ ਕੁਛ ਨਹੀਂ ਦੇ ਸਕਦਾ ਉਹ ਸਰੀਰਕ ਸੇਵਾ ਦੇਣਾ ਚਾਹੁੰਦਾ, ਸਾਰਿਆਂ ਨੂੰ ਜੀ ਸਦਕੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੇ ਸਾਰਿਆਂ ਦੀ ਸ਼ਮੂਲਤ ਚਾਹੀਦੀ ਹੈ ਅਤੇ ਉਹ ਸ਼ਮੂਲਤ ਜ਼ਰੂਰ ਬਖਸ਼ਿਸ਼ ਕਰਿਆ ਜੇ, ਤਾਂ ਜੋ ਇਸ ਸੰਸਥਾਨ ਦੇ ਕੰਨ ਕੰਨ ਵਿੱਚ ਗੁਰੂ ਪੰਥ ਮਹਾਰਾਜ ਜੀ ਦਾ ਸਹਿਯੋਗ ਪਸੀਨਾ ਜੁੜੇ ਅਤੇ ਇਹ ਸੰਸਥਾਨ ਗੁਰੂ ਗ੍ਰੰਥ ਅਤੇ ਗੁਰੂ ਪੰਥ ਤੋਂ ਛਿੜਕ ਨਾ ਸਕੇ। ਇਤਨੀ ਬੇਨਤੀ ਪ੍ਰਵਾਨ ਕਰਿਆ ਜੇ ਪ੍ਰਬੰਧਕਾਂ ਦਾ, ਖਾਸ ਤੌਰ 'ਤੇ ਪਰਮਿੰਦਰ ਸਿੰਘ ਜੀ ਅਤੇ ਸਰਦਾਰ ਸੁਖਵਿੰਦਰ ਸਿੰਘ ਨਾਥੇਵਾਲ ਜੀ ਦਾ, ਅਤੇ ਰਿਣੀ ਹਾਂ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਗੁਰਪੰਥ ਮਹਾਰਾਜ ਦਾ ਜਿਨ੍ਹਾਂ ਨੇ ਸਾਨੂੰ ਮਾਣ ਅਤੇ ਸਨਮਾਨ ਬਖਸ਼ਿਸ਼ ਕੀਤਾ। ਗਲਤੀਆਂ ਲਈ ਕਿਵਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਜੀ ਜਾਰੀ ਸਿੱਖਾਂ। ਹੁਣ ਅਸੀਂ ਨਾਨਕਸ਼ਾਹੀ ਸਿੱਕੇ ਦਾ ਜਿਹੜਾ ਨਵਾਂ ਤਿਆਰ ਕੀਤਾ ਰੂਪ ਹੈ ਉਸ ਸਿੱਖ ਪੰਥ ਦੇ ਸਪੁਰਦ ਕਰਨ ਦੇ ਲਈ ਇੱਕ ਰਸਮੀ ਕਾਰਵਾਈ ਕਰਾਂਗੇ, ਉਸਨੂੰ ਜਾਰੀ ਕਰਾਂਗੇ। ਬਹੁਤ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਰਤਿੰਦਰਪਾਲ ਸਿੰਘ ਜੀ ਨੇ ਖੁਦ ਇਹ ਸਾਰੀ ਮਿਹਨਤ ਨੂੰ ਕਿ ਨਾਨਕਸ਼ਾਹੀ ਸਿੱਕਾ ਕਿਸ ਤਰ੍ਹਾਂ ਹੋਣ ਦੇ ਵਿੱਚ ਆਇਆ, ਜਿਸਦਾ ਰੂਪ ਅੱਜ ਤੁਹਾਡੇ ਸਾਹਮਣੇ ਹੈ, ਉਹ ਦੱਸਿਆ। ਸੋ ਸਿੱਕੇ ਨੂੰ ਜਾਰੀ ਕਰਨ ਦੀ ਜਿਹੜੀ ਕਾਰਵਾਈ, ਉਹਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਜੀ ਨਾਥੇਵਾਲ, ਪ੍ਰਧਾਨ ਨਾਨਕਸ਼ਾਹੀ ਟਰੱਸਟ, ਸਰਦਾਰ ਰਤਿੰਦਰਪਾਲ ਸਿੰਘ ਜੀ ਦੇ ਨਾਲ ਨੇ।
ਭੁਪਿੰਦਰ ਸਿੰਘ ਜੀ ਵੀ ਨਾਲ ਲੈ ਜੀ ਸਾਡੇ ਚੇਅਰਮੈਨ ਸਾਹਿਬ ਸਿੱਕਾ ਜੀ। ਸੋ ਇਹ ਉਹ ਅਸਲ ਸਿੱਕੇ ਦੀ ਹੂ ਕਾਪੀ ਆ, ਇਸਦੇ ਵਿੱਚ ਸਿਰਫ ਇੰਨਾ ਹੀ ਫਰਕ ਆ ਕਿ ਇਹ ਬੰਦਾ ਸਿੰਘ ਬਹਾਦਰ ਜੀ ਵੱਲੋਂ ਖੁਦ ਜਾਰੀ ਨਹੀਂ ਸੀ ਕੀਤਾ ਗਿਆ, ਬਾਕੀ ਇਸ ਦੇ ਵਿੱਚ ਹੋਰ ਕੋਈ ਫਰਕ ਨਾ ਰਹੇ। ਅਸੀਂ ਇਸ ਦੇ ਵਿੱਚ ਬਹੁਤ ਧਿਆਨ ਰੱਖਿਆ ਗਾ ਸਰਦਾਰ ਇੰਦਰਪਾਲ ਸਿੰਘ ਜੀ ਦੀ ਮਿਹਨਤ ਆ ਕਿ ਇਹਨਾਂ ਦਾ ਸਿਰੜਾ ਜਿਨ੍ਹਾਂ ਨੇ ਲੰਮਾ ਸਮਾਂ ਇਸ ਪਾਸੇ ਖੋਜ ਕਾਰਜ ਕਰਕੇ ਇਸ ਨੂੰ ਸੰਗਤਾਂ ਦੇ ਸਾਹਮਣੇ ਲਿਆਂਦਾ ਗਾ। ਸੋ ਤਿੰਦਰਪਾਲ ਸਿੰਘ ਜੀ ਦੇ ਨਾਲ ਸਰਦਾਰ ਸੱਜਣ ਸਿੰਘ ਜੀ ਲੰਬੇ ਸਮੇਂ ਤੋਂ ਜੁੜੇ ਰਹੇ ਨੇਗੇ, ਉਹਨਾਂ ਦਾ ਇਹ ਕਿੱਤਾ ਗਾ, ਉਹਨਾਂ ਦੀ ਇਹ ਕਿਰਤਾ ਗੀ ਕਿ ਉਹਨਾਂ ਨੇ ਨਾ ਸਿਰਫ ਸਿੱਕੇ ਨੂੰ ਤਿਆਰ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਆ, ਬਲਕਿ ਸਿੱਕਾ ਤਿਆਰ ਕਰਨ ਵਾਲੀ ਮਸ਼ੀਨ ਵੀ ਜਿਹੜੀ ਹੈ ਉਹ ਤਿਆਰ ਕਰਕੇ ਨਾਨਕਸ਼ਾਹੀ ਟਰੱਸਟ ਦੇ ਸਪੁਰਦ ਕੀਤੀ ਹੈਗੀ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਜਦੋਂ ਵੀ ਚਾਹੁਣ ਉਹ ਔਨਲਾਈਨ ਜਾਂ ਸਾਡੇ ਨਾਲ ਨਿੱਜੀ ਤੌਰ 'ਤੇ ਸੰਪਰਕ ਕਰਕੇ ਇਹ ਸਿੱਕੇ ਬਾਰੇ ਹੋਰ ਵਧੇਰੇ ਜਾਣਕਾਰੀ ਲੈ ਸਕਦੀਆਂ ਨੇ, ਖਰੀਦ ਸਕਦੀਆਂ ਨੇ। ਸਿੱਖ ਸੰਸਥਾਵਾਂ ਨੂੰ ਜੇਕਰ ਸਿੱਕੇ ਦੀ ਜੋ ਜ਼ਰੂਰਤ ਹੋਏ, ਜਿਹੜੀ ਮੈਂ ਸਮਝਦਾ ਹਾਂ ਕਿ ਉਹਨਾਂ ਨੂੰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਅਜਿਹੀ ਚੀਜ਼ ਹੈ ਜਿਸ ਦੀ ਇਤਿਹਾਸਕ ਮਹੱਤਤਾ ਤਾਂ ਹੈ ਹੀ। ਅਸੀਂ ਆਪਣੇ ਚਹੇਤਿਆਂ ਨੂੰ, ਆਪਣੇ ਸੁਨੇਹੀਆਂ ਨੂੰ ਤੋਹਫੇ ਦੇ ਰੂਪ ਦੇ ਵਿੱਚ ਵੀ ਇਸ ਨੂੰ ਦੇ ਸਕਦੇ ਹਾਂਗੇ, ਤਾਂ ਜੋ ਇੱਕ ਇਤਿਹਾਸਕ ਨਿਸ਼ਾਨੀ ਸਾਡੇ ਹਰ ਇੱਕ ਘਰ ਦੇ ਵਿੱਚ ਹੋਏ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਸੱਜਣ ਸਿੰਘ ਜੀ ਨੂੰ, ਉਹ ਜ਼ਰੂਰ ਸਟੇਜ 'ਤੇ ਆਉਣ ਤਾਂ ਕਿ ਅਸੀਂ ਨਾਨਕਸ਼ਾਹੀ ਟਰੱਸਟ ਵੱਲੋਂ ਅਤੇ ਉਹਨਾਂ ਦੇ ਸਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਦੋਵਾਂ ਨੂੰ ਕਿ ਉਹ ਸਟੇਜ 'ਤੇ ਆਉਣ, ਅਸੀਂ ਨਾਨਕਸ਼ਾਹੀ ਟਰੱਸਟ ਵੱਲੋਂ ਇਹ ਸਿੱਕਾ ਉਹਨਾਂ ਨੂੰ ਭੇਟ ਕਰਨ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹਾਂ, ਕਿਉਂਕਿ ਉਹਨਾਂ ਦੀ ਮਿਹਨਤ ਇੰਨੀ ਜ਼ਿਆਦਾ ਕਿ ਜੇਕਰ ਅਜਿਹੇ ਸਿਰੜੀ ਕਿਰਤੀ ਸਾਡੇ ਕੋਲ ਨਾ ਹੁੰਦੇ ਤਾਂ ਸ਼ਾਇਦ ਇੱਕ ਹੋਰ ਲੰਮਾ ਸਮਾਂ ਸਾਨੂੰ। ਅਤੇ ਮੈਨੂੰ ਪਤਾ ਲੱਗਿਆ ਕਿ ਸਰਦਾਰ ਸੱਜਣ ਸਿੰਘ ਨੇ ਆਪਣੀ ਕਿਰਤ ਦਾ ਹੀ ਜਿਹੜਾ ਯੋਗਦਾਨ ਇਸ ਸਿੱਕੇ ਦੇ ਲਈ ਨਹੀਂ ਦਿੱਤਾ, ਬਲਕਿ 2.5 ਲੱਖ ਰੁਪਏ ਦੇ ਕਰੀਬ ਰਕਮ ਜਿਹੜੀ ਹੈਗੀ ਹੈ ਇੱਕ ਸਿੱਕੇ ਨੂੰ ਤਿਆਰ ਕਰਨ ਲਈ ਲੱਗੀ ਸੀ, ਉਹ ਦਸਵੰਧ ਦੇ ਰੂਪ ਦੇ ਵਿੱਚ ਲਗਾਈ ਹੈਗੀ। ਟਰੱਸਟ ਉਹਨਾਂ ਦਾ ਬੇਹੱਦ ਦਿਲੋਂ ਸ਼ੁਕਰੀਆ ਅਦਾ ਕਰਦਾ ਅਤੇ ਉਹਨਾਂ ਤੋਂ ਅਗਲੇ ਭਵਿੱਖ ਦੇ ਵਿੱਚ ਵੀ ਅਜਿਹੀਆਂ ਉਮੀਦਾਂ ਰੱਖਦਾ। ਅਤੇ ਸਿੱਕੇ ਅਸੀਂ ਉਹਨਾਂ ਨੂੰ ਭੇਟ ਕਰਦੇ ਹੋਏ ਜਕਾਰੇ ਦੇ ਨਾਲ ਉਹਨਾਂ ਨੂੰ ਇਹ ਸਮਰਪਿਤ ਕਰਦੇ ਹਾਂ। ਬੋਲੇ ਸਰਦਾਰ ਸੱਜਣ ਸਿੰਘ ਅਤੇ ਉਹਨਾਂ ਦਾ ਸਮੂਹ ਪਰਿਵਾਰ ਅੱਜ ਇੱਥੇ ਪਹੁੰਚਿਆ ਹੋਇਆ, ਉਹਨਾਂ ਦਾ ਹਰ ਇੱਕ ਨਾਨਕਸ਼ਾਹੀ ਟਰੱਸਟ ਦੇ ਸਮਾਗਮ ਦੇ ਵਿੱਚ ਵਡਮੁੱਲਾ ਯੋਗਦਾਨ ਹੁੰਦਾ ਗਾ, ਸਨੇਹ ਹੈਗਾ, ਟਰੱਸਟ ਨੂੰ ਮਾਣ ਆ ਅਜਿਹੇ ਸਾਡੇ ਕਿਰਤੀ ਸਿੰਘਾਂ ਦੇ ਉੱਤੇ, ਸਹਿਯੋਗੀ ਸਿੱਖਾਂ ਦੇ ਉੱਤੇ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਹੋਏ ਨੇਗੇ। ਸਾਨੂੰ ਉਮੀਦ ਆ ਕਿ ਅਜਿਹੇ ਸਿੱਖਾਂ ਦੀ ਬਦੌਲਤ ਅਸੀਂ ਜਿਹੜੀਆਂ ਆਪਣੀਆਂ ਯੋਜਨਾਵਾਂ ਲੈ ਕੇ ਚੱਲੇ ਹੈਗੇ ਉਹ ਜਲਦੀ ਸਾਕਾਰ ਰੂਪ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਨਮੁਖ ਹੋਣਗੀਆਂ। ਸਰਦਾਰ ਸੱਜਣ ਸਿੰਘ ਜੀ ਅਤੇ ਉਹਨਾਂ ਦੇ ਬੇਟੇ ਗੁਰਪ੍ਰੀਤ ਸਿੰਘ ਨੇ ਇਸ ਸਿੱਕੇ 'ਤੇ ਲਗਾਤਾਰਤਾ ਵਿੱਚ 65 ਦਿਨ ਕੰਮ ਕੀਤਾ, ਕਹਿਣਾ ਬਹੁਤ ਸੌਖਾ ਹੁੰਦਾ। 65 ਦਿਨ 8 ਘੰਟੇ ਨਹੀਂ, 12-12 ਘੰਟੇ, 14-14 ਘੰਟੇ ਲਗਾਤਾਰ 65 ਦਿਨ ਆਪਣੀ ਫੈਕਟਰੀ ਦਾ ਕੰਮ ਬੰਦ ਰੱਖਿਆ। 2 ਅਤੇ 4 ਇਹਨਾਂ ਦੇ ਮੁਲਾਜ਼ਮ, ਮਤਲਬ ਤੁਸੀਂ ਸਿੱਕੇ 'ਤੇ ਮਿਹਨਤ, ਉਸਦੀ ਕਾਰੀਗਰੀ, ਉਹਦੀ ਮੀਨਾਕਸ਼ੀ, ਉਹਦੀ ਤਰਾਸ਼ੀ, ਉਹਦੀ ਉਹਨੂੰ ਐਮਬਰੇਵ ਕਰਨਾ, ਗਰੇਵ ਕਰਨਾ, ਡੈਂਸਿਟੀ ਤਿਆਰ ਕਰਨਾ,
ਐਗਜੈਕਟ ਸਾਈਜ਼ ਤਿਆਰ ਕਰਨ 'ਤੇ 6 ਬੰਦਿਆਂ ਦੀਆਂ 65 ਦਿਹਾੜੀਆਂ ਲੱਗੀਆਂ ਨੇ ਅਤੇ ਜਿਹੜੇ ਉਹ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦਿੰਦੇ ਨੇ ਉਹ ਮਿਨੀਮਮ ਤਨਖਾਹ ਉਹਨਾਂ ਦੀ ਫੈਕਟਰੀ ਵਿੱਚ 32,000 ਰੁਪਏ ਇੱਕ ਮੁਲਾਜ਼ਮ ਦੀ ਤਨਖਾਹ। ਉਹਨਾਂ ਨੇ ਸਾਡੇ ਤੋਂ ਇੱਕ ਨਿੱਕਾ ਪੈਸਾ ਨਹੀਂ ਲਿਆ। ਇਹ ਕਹਿੰਦੇ ਹੋਏ ਮੈਨੂੰ ਬੜਾ ਫਖਰ ਅਤੇ ਮਾਣ ਹੋ ਰਿਹਾ ਕਿ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੈਪਲੀਕਾ ਸਿੱਕੇ ਨੂੰ ਪ੍ਰਗਟ ਕਰਨ ਵਾਸਤੇ ਕੌਮ ਲਈ ਆਪਣੀ ਨਿਸ਼ਕਾਮ ਸੇਵਾ ਦਿੱਤੀ।